ਇਸ ਵੇਲੇ ਦੀ ਵੱਡੀ ਖਬਰ ਰੂਪਨਗਰ ਤੋਂ ਆ ਰਹੀ ਹੈ। ਬੀਤੇ ਦਿਨ ਰੂਪਨਗਰ ਦੀ ਅਦਾਲਤ ਵੱਲੋਂ ਸ਼ਿਵ ਸੈਨਾ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਨੂੰ 4 ਸਾਲ ਦੀ ਕੈਦ ਸਜ਼ਾ ਸੁਣਾਈ ਗਈ ਸੀ ਔਰ ਅੱਜ ਮੇਰਾ ਖਿਆਲ ਹੈ ਪਹਿਲਾ ਦਿਨ ਉਹਨਾਂ ਦਾ ਜੇਲ੍ਹ ਦੇ ਵਿੱਚ ਸੀਗਾ, ਜਿਸ ਤੋਂ ਬਾਅਦ ਇੱਕ ਵੱਡਾ ਅਪਡੇਟ ਆ ਰਿਹਾ ਉਹਨਾਂ ਦੇ ਉੱਤੇ ਜੇਲ੍ਹ ਦੇ ਵਿੱਚ ਨਿਸ਼ਾਂਤ ਸ਼ਰਮਾ ਦੇ ਉੱਤੇ ਹਮਲਾ ਕੀਤਾ ਗਿਆ। ਕੁੱਟਮਾਰ ਦੀ ਗੱਲ, ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਔਰ ਜਿਸ ਤੋਂ ਬਾਅਦ ਨਿਸ਼ਾਂਤ ਸ਼ਰਮਾ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਵੀ ਕਰਵਾਇਆ ਗਿਆ। ਵੱਡੀ ਡਿਵੈਲਪਮੈਂਟ ਇਸ ਵੇਲੇ ਦੀ ਬਹੁਤ ਵੱਡੀ ਖਬਰ ਹੈ। ਨਿਸ਼ਾਂਤ ਸ਼ਰਮਾ ਜਿਹਨੂੰ ਕੱਲ੍ਹ ਅਦਾਲਤ ਨੇ, ਰੂਪਨਗਰ ਦੀ ਅਦਾਲਤ ਨੇ 4 ਸਾਲ ਦੀ ਸਜ਼ਾ ਸੁਣਾਈ ਸੀ, ਜਿਹੜੀ ਸਜ਼ਾ ਸੀ ਗੱਡੀਆਂ ਦੀ ਜਿਹੜੀ ਖਰੀਦੋ ਫਰੋਖਤ ਦੇ ਦੌਰਾਨ ਜਿਹੜਾ ਠੱਗੀ ਮਾਰਨ ਦਾ ਮਾਮਲਾ ਸੀ ਜੋ ਕਿ ਲੰਬੇ ਸਮੇਂ ਤੋਂ ਚੱਲ ਰਿਹਾ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਸਜ਼ਾ ਤਾਂ ਹੋਈ ਔਰ ਅੱਜ ਇੱਕ ਨਵਾਂ ਡਿਵੈਲਪਮੈਂਟ ਸਾਹਮਣੇ ਆ ਗਿਆ। ਉਹਨਾਂ ਦੇ ਉੱਤੇ ਜੇਲ੍ਹ ਦੇ ਵਿੱਚ ਹਮਲਾ ਕੀਤਾ ਜਾਂਦਾ ਹੈ। ਸਾਨੂੰ ਇੱਕ ਵਾਰੀ ਦੱਸ ਦਈਏ, ਇਹ ਉਹੀ ਨਿਸ਼ਾਂਤ ਸ਼ਰਮਾ ਹੈ ਜਿਹਨੇ ਜਗਤਾਰ ਸਿੰਘ ਹਵਾਰਾ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਤੋਂ ਬਾਅਦ ਹਵਾਰਾ ਨੇ ਮੌਕਾ ਦੇਖਦੇ ਹੋਏ ਇਸ ਸ਼ਖਸ ਨੂੰ ਧੱਫਾ ਮਾਰ ਕੇ ਆਪਣੇ ਆਪ ਤੋਂ ਪਰੇ ਕਰ ਦਿੱਤਾ ਸੀ, ਜਿਸ ਤੋਂ ਬਾਅਦ ਸਿੱਖ ਸੰਗਤਾਂ ਦੇ ਵਿੱਚ, ਪੰਜਾਬ ਦੇ ਵਿੱਚ ਬੜਾ ਰੋਸ ਸੀ, ਬੜਾ ਮਾਮਲਾ ਭਖਿਆ ਸੀ ਔਰ ਉਸ ਤੋਂ ਬਾਅਦ ਅੱਜ ਜੋ ਇੱਕ ਵੱਡੀ ਡਿਵੈਲਪਮੈਂਟ ਆ ਰਹੀ ਹੈ ਔਰ ਹੋ ਸਕਦਾ ਵੀ ਇਸ ਜਿਹੜੇ ਹਮਲੇ ਦੇ ਉੱਪਰ ਜੋ ਅੰਦਰ ਸਿੱਖ ਸੰਗਤਾਂ ਨੇ ਜਿਨ੍ਹਾਂ ਵਿੱਚ ਭਾਰੀ ਰੋਸ ਸੀ ਔਰ ਉਹਨਾਂ ਨੇ ਉਸ ਚੀਜ਼ ਦਾ ਬਦਲਾ ਲਿਆ। ਸੋ ਮੈਂ ਇੱਕ ਵੱਡੀ ਡਿਵੈਲਪਮੈਂਟ ਤੁਹਾਨੂੰ ਦੱਸ ਦੇਵਾਂ ਕਿ ਨਿਸ਼ਾਂਤ ਸ਼ਰਮਾ ਜਿਨ੍ਹਾਂ ਨੂੰ ਕੱਲ੍ਹ ਰੂਪਨਗਰ ਅਦਾਲਤ ਵੱਲੋਂ ਠੱਗੀ ਕਰਨ ਦੇ ਮਾਮਲੇ ਵਿੱਚ ਦੋਸ਼ ਦੇ ਵਿੱਚ ਜੇਲ੍ਹ ਭੇਜਿਆ ਗਿਆ ਸੀ, ਉਹਨਾਂ ਦੇ ਉੱਪਰ ਅੱਜ ਹਮਲਾ ਹੁੰਦਾ, ਕੁੱਟਮਾਰ ਕੀਤੀ ਜਾਂਦੀ ਹੈ ਉਸਦੀ ਔਰ ਮਾਮਲਾ ਜਿਹੜਾ ਜੁੜਦਾ ਹੈ ਉਹ ਮਾਮਲਾ ਜੁੜਦਾ ਹੈ ਜਗਤਾਰ ਸਿੰਘ ਹਵਾਰਾ ਦੇ ਉੱਤੇ, ਜਦੋਂ ਉਹਨਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ 1 ਤਰੀਕ ਦੇ ਦੌਰਾਨ, ਜਦੋਂ ਜਗਤਾਰ ਸਿੰਘ ਹਵਾਰਾ ਜਾ ਰਹੇ ਸੀ ਔਰ ਇਸ ਸ਼ਖਸ ਨੇ ਉਹਨਾਂ ਦੇ ਨਜ਼ਦੀਕ ਆਉਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਹਵਾਰਾ ਨੇ ਮੌਕਾ ਦੇਖਦੇ ਹੋਏ ਧੱਫਾ ਮਾਰ ਕੇ ਜਾਂ ਮੈਂ ਕਹੂੰਗਾ ਥੱਪੜ ਮਾਰ ਕੇ ਇਸ ਸ਼ਖਸ ਨੂੰ ਆਪਣੇ ਆਪ ਤੋਂ ਦੂਰ ਕੀਤਾ ਸੀ ਔਰ ਇਹ ਉਹ ਸ਼ਖਸ ਹੈ ਜਿਸ ਨੇ ਬਹੁਤ ਵਾਰੀ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਖਬਰਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਹਥਿਆਰ ਰੱਖ ਕੇ ਔਰ ਸਿੱਖਾਂ ਦੇ ਖਿਲਾਫ, ਸਿੱਖ ਪੰਥ ਦੇ ਖਿਲਾਫ ਔਰ ਖਾਸ ਤੌਰ 'ਤੇ ਜਿਸ ਜਰਨੈਲ ਸੰਤ ਭਿੰਡਰਾਂ ਵਾਲਿਆਂ ਦੇ ਖਿਲਾਫ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਇਸ ਸ਼ਖਸ ਵੱਲੋਂ, ਬਹੁਤ ਸਾਰੇ ਵੀਡੀਓ ਇਸ ਸ਼ਖਸ ਦੇ ਵਾਇਰਲ ਹੋਏ ਔਰ ਬਹੁਤ ਸਾਰੇ ਫੋਟੋਆਂ ਦੇ ਵਿੱਚ ਇਸ ਸ਼ਖਸ ਨੂੰ ਵੱਡੇ ਲੀਡਰਾਂ ਨਾਲ ਵੀ ਦੇਖਿਆ ਗਿਆ। ਜਿਸ ਤੋਂ ਬਾਅਦ ਕੱਲ੍ਹ ਦੀ ਵੱਡੀ ਡਿਵੈਲਪਮੈਂਟ ਇਹ ਸੀ, ਰੂਪਨਗਰ ਅਦਾਲਤ ਨੇ ਠੱਗੀ ਠੋਰੀ ਦੇ ਮਾਮਲੇ ਵਿੱਚ ਨਿਸ਼ਾਂਤ ਸ਼ਰਮਾ ਨੂੰ ਸ਼ਿਵ ਸੈਨਾ ਦੇ ਕੌਮੀ ਪ੍ਰਧਾਨ ਨੂੰ 4 ਸਾਲ ਦੀ ਸਜ਼ਾ ਸੁਣਾਈ ਸੀ ਔਰ 5000 ਜੁਰਮਾਨਾ ਲਾਇਆ ਸੀ। ਜਿਸ ਤੋਂ ਬਾਅਦ ਅੱਜ ਹੁਣ ਇਸ ਵੇਲੇ ਦੀ ਵੱਡੀ ਖਬਰ ਜੋ ਕਿ ਆ ਰਹੀ ਹੈ, ਤਾਜ਼ਾ ਖਬਰ ਇਹ ਹੈ ਕਿ ਇਸ ਨਿਸ਼ਾਂਤ ਸ਼ਰਮਾ 'ਤੇ ਜੇਲ੍ਹ ਦੇ ਅੰਦਰ ਹਮਲਾ ਕੀਤਾ ਗਿਆ ਔਰ ਇਸਦੀ ਕੁੱਟਮਾਰ ਕੀਤੀ ਗਈ ਹੈ ਔਰ ਇਹਨਾਂ ਨੂੰ, ਇਸ ਨਿਸ਼ਾਂਤ ਸ਼ਰਮਾ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਔਰ ਕਿਹਾ ਜਾ ਰਿਹਾ, ਮੰਨਿਆ ਇਹ ਜਾ ਰਿਹਾ ਕਿ ਭਾਈ ਹਵਾਰਾ ਦੇ ਉੱਤੇ ਇਸ ਸ਼ਖਸ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਤੋਂ ਬਾਅਦ ਸਿੱਖ ਸੰਗਤਾਂ ਦੇ ਵਿੱਚ ਭਾਰੀ ਰੋਸ ਸੀ। ਸ਼ਾਇਦ ਹੋ ਸਕਦਾ ਹੈ ਜੇਲ੍ਹ ਦੇ ਵਿੱਚ ਜਿਹੜਾ ਇਸ ਸ਼ਖਸ 'ਤੇ ਹਮਲਾ ਹੋਇਆ, ਇਸ ਪਿੱਛੇ ਉਹੀ ਨਾਰਾਜ਼, ਉਹੀ ਰੋਸ ਵਾਲੇ ਸਿੱਖ ਨੌਜਵਾਨ ਹੋਣ ਜਾਂ ਸਿੱਖ ਭਾਈਚਾਰੇ ਨਾਲ ਸੰਬੰਧਿਤ ਲੋਕ ਹੋਣ। ਸੋ ਵੱਡੀ ਡਿਵੈਲਪਮੈਂਟ ਅੱਜ ਦੀ ਇਹੀ ਸੀ, ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀ ਦੇ ਨਾਲ। ਧੰਨਵਾਦ।